ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ? ਠੀਕ ਠਾਕ ਹੋ ਸਾਰੇ ਜਣੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ? ਠੀਕ ਠਾਕ ਹੋ ਮੇਰੇ ਭੈਣ ਭਰਾ? ਹੋਰ ਅੱਜ ਅਸੀਂ ਜਾ ਰਹੇ ਹਾਂ ਹੋਮ ਟੂਰ ਕਰਨ। ਹੋਮ ਟੂਰ ਕਰਨ? ਹਾਂਜੀ। ਅੱਜ ਮੇਰੀ ਵਾਈਫ ਕਹਿੰਦੀ ਆ ਵੀ ਕਾਫੀ ਸਾਰੇ ਵਲੌਗ ਇੱਧਰ ਉੱਧਰ ਬਣਾ ਲਏ ਆ, ਕਾਫੀ ਜਗ੍ਹਾ 'ਤੇ ਗਏ ਹਾਂ, ਲੇਕਿਨ ਅੱਜ ਥੋੜ੍ਹਾ ਜਿਹਾ ਫ੍ਰੀ ਸੀ ਅਤੇ ਗਰਮੀ ਬੜੀ, ਹੋਰ ਕਿਤੇ ਕੀ ਜਾਣਾ ਆ, ਅਤੇ ਚਲੋ ਆਪਾਂ ਅੱਜ ਹੋਮ ਟੂਰ ਹੀ ਕਰਦੇ ਹਾਂ। ਅਤੇ ਚਲੋ ਫਿਰ ਵਿਖਾਉਂਦੇ ਹਾਂ ਤੁਹਾਨੂੰ ਅੱਜ ਆਪਣਾ ਸਾਰਾ ਆਪਣਾ ਘਰ ਦਾ ਸਾਰੀ ਲੋਕੇਸ਼ਨ ਕੀ ਕੀ ਬਣਿਆ ਆ, ਕਿੱਥੇ ਕਿੱਥੇ ਕੀ ਆ, ਸਾਰਾ ਤੁਹਾਨੂੰ ਦੱਸਦੇ ਹਾਂ। ਅੱਜ ਆ ਜਾਓ ਫਿਰ। ਇਹ ਆ ਜੀ ਸਾਡਾ ਹੋਮ, ਆਓ ਚੱਲਦੇ ਹਾਂ ਤੁਹਾਨੂੰ ਲੈ ਕੇ। ਉਹ ਸਾਡਾ ਟੂਰ ਉੱਪਰ ਫਰੰਟ, ਉੱਥੋਂ ਪਲਸਤਰ ਵਗੈਰਾ ਹਜੇ ਨਹੀਂ ਹੋਇਆ, ਹਜੇ ਨਿਊ ਹੀ ਕੰਮ ਹੋਇਆ ਆ, ਹਜੇ 6-7 ਮਹੀਨੇ ਹੀ ਹੋਏ ਆ ਇਸ ਕੰਮ ਨੂੰ। ਅਤੇ ਇਹ ਸਾਡੀ ਗੈਲਰੀ, ਇੱਧਰ ਸਾਡੀ ਬਾਰੀ, ਥੋੜ੍ਹਾ ਜਿਹਾ ਬਾਰੀ ਨੂੰ ਕਰੈਕ ਹੋਈ ਆ ਕਿ ਜਿਵੇਂ ਗਲ ਜਾਂਦੀ ਆ ਬਾਰੀ, ਅਤੇ ਉਹ ਥੋੜ੍ਹਾ ਜਿਹਾ ਕੰਮ ਅਜੇ ਹੋਣ ਵਾਲਾ ਪਿਆ ਆ। ਇੱਧਰ ਸਾਡੀ ਗਲੀ, ਇੱਧਰ ਸਾਡਾ ਗੇਟ ਹੈ। ਨਾਲ ਤੁਹਾਨੂੰ ਇੱਕ ਗੱਲ ਦੱਸੀਏ ਕਿ ਜਿਵੇਂ ਕਿ ਅਸੀਂ ਇਹ ਮਕਾਨ ਡੀਲਰ ਵਗੈਰਾ ਕੋਲ ਨਹੀਂ ਲਿਆ ਹੈਗਾ, ਅਤੇ ਇਹ ਖੁਦ ਹੀ ਅਸੀਂ ਪਲਾਟ ਲੈ ਕੇ ਆਪ ਹੀ ਬਣਾਇਆ। ਗਲੀ ਨਾਲੋਂ ਕਾਫੀ ਅਸੀਂ ਉੱਚਾ ਇਸ ਮਕਾਨ ਨੂੰ ਬਣਾਇਆ। ਗਲੀ ਜੋ ਤੁਸੀਂ ਦੇਖ ਸਕਦੇ ਹੋ 3-4 ਫੁੱਟ ਉੱਪਰ ਹੈ, ਕਾਫੀ ਉੱਚਾ ਬਣਾਇਆ ਉਸ ਟਾਈਮ। ਉਸ ਟਾਈਮ ਪੈਸੇ ਤਾਂ ਥੋੜ੍ਹਾ ਜ਼ਰੂਰ ਜ਼ਿਆਦਾ ਲੱਗਦੇ ਆ, ਲੇਕਿਨ ਚੀਜ਼ ਬਣ ਜਾਂਦੀ ਹੈ ਕਿ ਕੁਝ ਸਾਲਾਂ ਵੀ ਵਿੱਚ, ਆਉਣ ਵਾਲੇ ਸਾਲਾਂ ਤੋਂ ਵੀ ਇਹ ਮਕਾਨ ਨੂੰ ਕੁਝ ਬਣਾ ਹੋ ਸਕੇ, ਡਾਊਨ ਨਾ ਜਾ ਸਕੇ। ਬਾਕੀ ਤਕਰੀਬਨ ਸ਼ਕਰੀਬਨ ਲਾਗੇ ਬਹੁਤ ਡਾਊਨ ਹੋ ਗਿਆ ਮਕਾਨ, ਤਾਂ ਸਾਡਾ ਹਜੇ ਵੀ ਠੀਕ ਆ। ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ। ਖੋਲੋ ਜੀ ਬੂਆ, ਖੋਲੋ ਖੋਲੋ ਜੀ। ਐਂਟਰ ਹੁੰਦਿਆਂ ਹੀ ਸਾਹਮਣੇ ਸਾਡਾ ਸਭ ਤੋਂ ਪਹਿਲਾਂ ਤਾਂ ਕਿਚਨ ਹੈ। ਇਹ ਸਾਡਾ ਕਿਚਨ ਹੈ ਜੀ। ਇੱਧਰ ਮੇਰੀ ਵਾਈਫ ਵਿਚਾਰੀ ਕਿਚਨ 'ਚ ਰੋਟੀਆਂ ਲਾਉਂਦੀ ਹੈ, ਗਰਮੀ ਤਾਂ ਬਥੇਰੀ ਹੁੰਦੀ, ਚਲੋ ਕੋਈ ਗੱਲ ਨਹੀਂ। ਕੀ ਕਰਨ ਲੱਗੇ ਹੋ? ਕੀ ਬਣਾ ਲੱਗੇ ਹੋ? ਸਬਜ਼ੀ ਬਣਾ ਲੱਗੇ ਆ, ਚਲੋ ਬਣਾਓ ਬਣਾਓ ਸਬਜ਼ੀ। ਕਿਚਨ ਦੇ ਨਾਲ ਹੀ ਸਾਡਾ ਬਾਥਰੂਮ ਹੈ। ਇਹ ਸਾਡਾ ਬਾਥਰੂਮ ਹੈ ਜੀ। ਹੋਰ ਬਾਥਰੂਮ ਦੇ ਨਾਲ ਹੀ ਸਾਡੀਆਂ ਸੀੜੀਆਂ ਚੜ੍ਹਦੀਆਂ ਜੀ ਇੱਧਰੋਂ ਕੋਠੇ 'ਤੇ ਜਾਣ ਵਾਸਤੇ। ਆ ਸੀੜੀਆਂ ਦੇ ਨਾਲ ਹੀ ਪੌੜੀਆਂ ਦੇ ਸਾਡਾ ਇੱਧਰ ਬੈੱਡਰੂਮ। ਇਹ ਸਾਡਾ ਬੈੱਡਰੂਮ ਹੈ ਜੀ। ਇੱਧਰ ਡਰਾਇੰਗ ਰੂਮ ਕੋਈ ਆਇਆ ਗਿਆ ਪਹਿਲਾਂ ਚਾਹ ਪਾਣੀ ਵਾਸਤੇ। ਇੱਧਰ ਸਾਡਾ ਬੈੱਡਰੂਮ ਹੈ ਜੀ, ਉਹ ਸਾਡੇ ਨਿੱਕੇ ਦਾ ਸਾਈਕਲ ਲੱਗਾ ਆ। ਅਤੇ ਸਭ ਤੋਂ ਮੇਨ ਚੀਜ਼ ਹੈ ਜੀ ਗੁਰੂ ਸਾਹਿਬ ਜੀ ਦੀ ਸੁੰਦਰ ਤਸਵੀਰ, ਜਿਨ੍ਹਾਂ ਦੇ ਆਉਂਦੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਆ ਜੀ ਅੰਦਰ। ਇੱਧਰ ਬੈੱਡਰੂਮ ਦੇ ਨਾਲ ਹੀ ਸਾਡੀ ਅਲਮਾਰੀ ਹੈ ਜੀ, ਜਾਣੀ ਕਿ ਮੇਰੇ ਦਾਜ ਵਿੱਚ ਆਈ ਹੋਈ ਅਲਮਾਰੀ, ਜਾਣੀ ਕਿ ਮੇਰੀ ਵਾਈਫ ਵੱਲੋਂ ਆਈ ਹੋਈ ਅਲਮਾਰੀ ਹੈ। ਅਲਮਾਰੀ ਦੇ ਨਾਲ ਹੀ ਸਾਡੀ ਸਾਹਮਣੇ LED ਲੱਗੀ ਹੈ ਜੀ, ਨਾਲ ਹੀ ਬਿਲਕੁਲ। ਆਓ ਹੁਣ ਅਸੀਂ ਲੈ ਕੇ ਚੱਲਦੇ ਹਾਂ ਤੁਹਾਨੂੰ ਉੱਪਰ ਵਾਲੇ ਰੂਮ 'ਚ। ਚਲੋ ਜੀ।
ਉੱਪਰ ਵਾਲਾ ਰੂਮ ਛੋਟਾ ਜਿਹਾ, ਯਾਨੀ ਹਲੇ ਨਵਾਂ ਨਵਾਂ ਬਣਾਇਆ ਹੈ ਨਾ, ਤੇ ਤਾਂ ਕਰਕੇ ਹਲੇ ਹਜੇ ਥੋੜੀ ਤੁਹਾਨੂੰ ਦਿਖਾ ਦਈਏ ਕਿ ਉੱਪਰ ਕੋਈ POP ਵਗੈਰਾ ਕੁਝ ਨਹੀਂ ਹੋਇਆ, ਛੱਤ ਦੇ ਉਦਾਂ ਹੀ ਆ, ਸਿੰਪਲ ਹੀ ਆ ਫਿਲਹਾਲ। ਤੇ ਨਾਲ ਤੁਹਾਨੂੰ ਮੇਨ ਚੀਜ਼ ਦੱਸ ਦਈਏ ਕਿ ਜਿਹੜੇ ਇੱਥੇ ਪਹਿਲਾਂ ਸਾਡੇ ਇਸ ਰੂਮ ਦੇ ਵਿੱਚ ਇੱਕ ਦੀਵਾਰ ਸੀ, ਆ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ, ਆ ਸਾਰਾ ਆਹ ਦੀਵਾਰ ਅਸੀਂ ਬਾਅਦ ਵਿੱਚ ਕਢਵਾਈ ਆ, ਕਿਉਂਕਿ ਇਹਦੇ ਨਾਲ ਇੱਕ ਅਸੀਂ ਬਾਬਾ ਜੀ ਦਾ ਰੂਮ ਅਲੱਗ ਬਣਵਾਇਆ ਸੀਗਾ, ਅਤੇ ਹੁਣ ਸੁਖਣਾ ਬਾਬੇ ਦੀ ਕਿਰਪਾ ਨਾਲ ਹੱਥ ਪਿਆ, ਅਤੇ ਉਹ ਆਪਾਂ ਸ਼ਿਫਟ ਕਰਕੇ ਰੂਮ ਉੱਪਰ ਧੂਰ ਉੱਪਰ ਲੈ ਗਏ ਹਾਂ ਬਾਬਾ ਜੀ ਦਾ ਰੂਮ, ਅਤੇ ਇਹ ਰੂਮ ਅਸੀਂ ਖੁੱਲ੍ਹਾ ਕਰ ਦਿੱਤਾ। ਇਹ ਵੀ ਸਾਡਾ ਬੈਡਰੂਮ ਹੈ ਜੀ, ਬੈਡਰੂਮ ਦੇ ਨਾਲ ਹੀ ਅਲਮਾਰੀ ਹੈ ਜੀ। ਬੈਡਰੂਮ ਅਲਮਾਰੀ ਦੇਖ ਲਈਆ ਤੁਸੀਂ, ਤਾਂ ਹੁਣ ਚਲੋ ਤੁਹਾਨੂੰ ਬਾਹਰ ਗੈਲਰੀ 'ਚ ਲੈ ਕੇ ਚੱਲਦੇ ਹਾਂ। ਇਹ ਸਾਡਾ ਪਹਿਲਾਂ ਵਿਚਾਰਾ ਭਲਵਾਨ ਸਾਈਕਲ, ਕਾਫੀ ਸਾਲ ਪਹਿਲਾਂ ਅਸੀਂ ਇਸ ਸਾਈਕਲ 'ਤੇ ਵੀ ਜਾਂਦੇ ਰਹੇ ਹਾਂ, ਹੁਣ ਵਿਚਾਰਾ ਨੁਕਰੇ ਲੱਗਾ ਆ। ਲਓ ਜੀ ਇਹ ਸਾਡੀ ਗੈਲਰੀ ਹੈ, ਉੱਥੋਂ ਤੱਕ ਬਾਬਾ ਜੀ ਦੇ ਕਿਰਪਾ ਨਾਲ ਦਿੱਤਾ ਹੋਇਆ ਸੋਹਣਾ ਜਿਹਾ ਸਾਡਾ ਘਰ। ਇਹ ਹੈ ਦੀਪ ਤਨੂ ਜੀ ਦਾ ਘਰ, ਅਤੇ ਬਹੁਤ ਹੀ ਵਧੀਆ ਹੈ। ਤੁਹਾਨੂੰ ਬਾਬਾ ਜੀ ਦੇ ਰੂਮ 'ਚ ਲੈ ਕੇ ਚੱਲਦੇ ਹਾਂ ਟੂਰ ਉੱਪਰ। ਇੱਧਰ ਸਾਡੀ ਪੌੜੀ, ਮਤਲਬ ਕਿ ਯਾਰ ਜਦੋਂ ਬਾਬਾ ਜੀ ਦਾ ਕਮਰਾ ਉੱਥੇ ਸ਼ਿਫਟ ਕੀਤਾ ਸੀ, ਉਹਦੇ ਵਿੱਚ ਥੋੜ੍ਹਾ ਬਹੁਤਾ ਸਮਾਨ ਸੀਗਾ ਐਕਸਟਰਾ, ਜਿਵੇਂ ਕਿ ਲਾ ਲਓ ਕਿ ਆ ਪੁਰਾਣੇ ਜ਼ਮਾਨੇ ਦੀ ਜਿਹੜੀ ਅਲਮਾਰੀ, ਜਿਵੇਂ ਕਿ ਵਿੱਚ TV ਆ ਜਾਂਦਾ ਹੁੰਦਾ ਸੀ, ਉਹਨਾਂ ਦਾ ਹਾਲ ਦੇਖੋ ਕੀ ਬਣਿਆ ਜੀ ਹੁਣ, ਇੱਧਰ ਕਬੂਤਰਾਂ ਨੇ ਆਲਣੇ ਪਾਏ ਜੀ ਵਿੱਚ। ਇਹ ਮਤਲਬ ਫਾਲਤੂ ਦਾ ਸਮਾਨ ਆ, ਬਾਕੀ ਆਓ ਤੁਹਾਨੂੰ ਇੱਧਰ ਵਿਖਾਉਂਦੇ ਹਾਂ। ਇੱਧਰ ਪੌੜੀਆਂ ਦੇ ਨਾਲ ਬਿਲਕੁਲ ਸਟੋਰ ਬਣਾਇਆ, ਜਿਵੇਂ ਕਿ ਫਾਲਤੂ ਸਮਾਨ ਜਿਵੇਂ ਐਰ ਵਗੈਰਾ ਕੋਈ ਹੁੰਦਾ ਆ, ਕਾਫੀ ਸਮਾਨ ਸਾਡਾ ਹੈ। ਵੇਖੋ ਪੁਰਾਣਾ ਪੱਖਾ, ਇਹ ਡੈਡੀ ਹੁਣਾਂ ਦੇ ਦਾਜ ਦਾ ਪੱਖਾ ਜੀ, ਹਜੇ ਤੱਕਣ ਉੱਦਾਂ ਹੀ ਮੌਜੂਦ ਆ, ਪੁਰਾਣੀਆਂ ਚੀਜ਼ਾਂ ਹੀ ਭਰਾ, ਕਾਫੀ ਦਮ ਹਜੇ ਤੱਕਣ ਵੇਖ ਲਓ, ਸਹੀ ਹੈ ਸਲਾਮਤ ਉੱਦਾਂ ਹੀ ਆ। ਅਤੇ ਇੱਧਰ ਫਾਲਤੂ ਦਾ ਸਮਾਨ ਕਾਫੀ ਸਟੋਰ ਰੂਮ 'ਚ ਰੱਖਿਆ ਹੋਇਆ, ਆਹ ਹਜੇ ਸਾਲ ਡੇਢ ਸਾਲ ਹੀ ਹੋਇਆ ਆਪਾਂ ਬਣਾਇਆ ਸੀਗਾ ਉੱਪਰ। ਇੱਧਰ ਅਸੀਂ ਸਟੋਰ ਰੂਮ ਬਣਾਇਆ ਸੀਗਾ, ਸਟੋਰ ਰੂਮ ਦੇ ਨਾਲ ਹੀ ਬਾਬਾ ਜੀ ਦਾ ਰੂਮ ਬਣਾਇਆ, ਆਓ ਤੁਹਾਨੂੰ ਬਾਬਾ ਜੀ ਦੇ ਰੂਮ ਵਿੱਚ ਲੈ ਕੇ ਚੱਲਦੇ ਹਾਂ। ਵਾਹਿਗੁਰੂ ਕਿਰਪਾ। ਇਹ ਸਾਡੇ ਗੁਰੂ ਸਾਹਿਬ ਦਾ ਰੂਮ ਹੈ ਜੀ, ਇੱਧਰ ਥੋੜ੍ਹਾ ਜਿਹਾ ਉੱਧਰ ਨੇਰ ਵਗੈਰਾ ਆਈ ਸੀਗੀ, ਤਾਂ ਵਾਲਪੇਪਰ ਜਿਹੜਾ ਆ ਫਟ ਚੁੱਕਿਆ, ਅਤੇ ਇਹਦੇ ਲਈ ਹੁਣ ਮੈਂ ਗੱਟੀਆਂ ਵਗੈਰਾ ਲੈ ਕੇ ਆਇਆ, ਇੱਥੇ ਮੈਂ ਗੱਟੀਆਂ ਵਗੈਰਾ ਲਾਈਆਂ ਕਿਉਂਕਿ ਸਲਾਬ ਬਹੁਤ ਆ ਜਾਂਦੀ ਆ, ਅਤੇ ਜਿਹੜਾ ਫੈਵੀਕੋਲ ਜਾਂਦਾ ਉਹ ਕੰਮ ਨਹੀਂ ਕਰਦਾ ਹੈਗਾ, ਅਤੇ ਇਸ ਕਰਕੇ ਮੈਂ ਗੱਟੀਆਂ ਹੀ ਦੀ ਇਸਤੇਮਾਲ ਕਰੂੰਗਾ ਇੱਥੇ, ਅਤੇ ਗੱਟੀਆਂ ਹੀ ਲਗਾ ਕੇ ਅਤੇ ਫਿਰ ਵਾਲਪੇਪਰ ਲਗਾਊਂਗਾ, ਅਤੇ ਗੱਟੀਆਂ ਸੁੱਕਣਾ ਹੀ ਲੈ ਆਇਆ, ਗੱਟੀਆਂ ਦਾ ਮੈਂ ਪੈਕਟ ਲੈ ਦਿੱਤਾ ਆ, ਅਤੇ ਨਾਲ ਅਸੀਂ ਤੇਸੀ ਵੀ ਲੈ ਲਈ ਆ ਲਗਾਉਣ ਵਾਸਤੇ, ਕਿ ਹੁਣ ਬਾਬਾ ਜੀ ਦਾ ਕੰਮ ਰੂਮ ਪਹਿਲਾਂ ਸਾਰਾ ਸੈਟਲਮੈਂਟ ਕਰਾਂਗੇ, ਜਿਹੜਾ ਵਾਲਪੇਪਰ ਪਾਟਾ ਹੋਇਆ। ਜਿਹੜਾ ਫਟਿਆ ਹੋਇਆ ਸੀ ਵਾਲਪੇਪਰ, ਜਿਵੇਂ ਕਿ ਇੱਥੇ ਲਾ ਲਓ,
आओ कोई यार इतने फटे हैं इतने ला दिए कर चंगी तरह लाना चंगी तरह गुरु साहब का काम है तो चंगी तरह चलाओगे। हाँ जी थोड़ी बिच स्टॉप कर देगा जिन्हों में लावा फिर लाने लो जी वालपेपर साडा लग चुका है जिहड़ा मतलब थोड़ा जिहा खराबी सीगी वो लग चुका है। ये सी जी साडा घर उस परमात्मा का बख्शा आ उस मालकां का बख्शा आ तो नाल भरावा साडा तो कुछ नहीं है जो भी दिता आ इस सच्चे परमात्मा की कृपा धन धन बाबा दीप सिंह जी की कृपा नाल दिता आ सब कुछ आ ते तुसी भी सारे जरूर जोत बाकी सारे नू मेरा यह मैसेज है कि सारे आपो अपने गुरुआं की सेवा करया करो ते जो भी मंगते हो गुरु साहब सब कुछ देंदे ने उस परमात्मा की रजा विच रहा करो जी। वाहिगुरु जी का खालसा वाहिगुरु जी की फतेह। हाँ जी जी घर तुसी साडा वेख ही लिया आ उस परमात्मा का बख्शा होया घर ते किदां दा लगा साडा घर कमेंट विच जरूर दस्यो जी। मिलते हैं नैक्सट ब्लॉग दे विच।